ਹੋਵੇ ਤੇ ਅਸੀਂ ਰੁੱਖ ਲਾਉਨੇ ਆ ਤੇ ਘਰ ਦੇ ਵਿੱਚ ਫੁੱਲ ਵੀ ਲਾਉਨੇ ਆ, ਉਹ ਦੇਖਣ 'ਚ ਵੀ ਬੜੇ ਸੋਹਣੇ ਲੱਗਦੇ ਨੇ, ਹਰਿਆਲੀ ਤੇ ਸਾਰਿਆਂ ਨੂੰ ਚੰਗੀ ਲੱਗਦੀ ਹੈ। ਇੱਕ ਫੋਨ ਕਾਲ ਆ ਗਈ ਹੈ, ਸੁਣ ਲਈਏ ਕੀ ਕਹਿੰਦੇ ਨੇ। ਬਿਲਕੁਲ ਜੀ, ਹੈਲੋ। ਹੈਲੋ ਮੈਡਮ ਮੋਨਿਕਾ ਜੀ ਤੇ ਗੁਰਪ੍ਰੀਤ ਜੀ ਨੂੰ, ਇਕਬਾਲ ਸਿੰਘ ਮੇਨ ਬਾਜ਼ਾਰ ਅਖੂ ਦੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਹਾਂਜੀ ਇਕਬਾਲ ਜੀ, ਸਵਾਗਤ ਹੈ ਜੀ। ਦੇਖੋ ਜੀ, ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ ਦੇਖੋ ਅਸੀਂ ਅੱਤ ਦੀ ਗਰਮੀ ਦੇ ਵਿੱਚ ਭੁੱਜ ਰਹੇ ਹਾਂ, ਜਿਹੜੀਆਂ ਸਾਡੀਆਂ ਆਪਣੀਆਂ ਹੀ ਕੀਤੀਆਂ ਗਲਤੀਆਂ ਅਸੀਂ ਉਹਦਾ ਹੀ ਖਮਿਆਜਾ ਭੁਗਤ ਰਹੇ ਹਾਂ, ਕਿਉਂਕਿ ਅਸੀਂ ਜਿਹੜੀ ਕੁਦਰਤ ਨਾਲ ਛੇੜਛਾੜ ਕੀਤੀ ਆ ਉਹਦਾ ਅਸੀਂ ਖਮਿਆਜਾ ਭੁਗਤ ਰਹੇ ਹਾਂ। ਰੁੱਖ ਨੇ ਖਜ਼ਾਨਾ ਸਾਡਾ, ਰੁੱਖ ਦੇਣ ਛਾਵਾਂ, ਆਖਦੇ ਸਿਆਣੇ ਤਾਂ ਅਸੀਂ ਛਾਵਾਂ ਹੋਣ ਮਾਵਾਂ ਹੁਣ ਨਾ, ਜੇ ਰੁੱਖ ਸਾਡੇ ਰੱਬ ਜਾਂਦਾ ਰੁੱਸ, ਆਏ ਨਾ ਬਹਾਰ ਉੱਥੇ ਖੇੜੇ ਜਾਣ ਖੁਸ, ਰੁੱਖ ਸਾਡੇ ਪ੍ਰਾਣ ਦਾਤਾ ਇਹਨਾਂ ਦੇ ਨੇ ਸੌ ਸੁੱਖ, ਇਹਨਾਂ ਬਾਜੋ ਧਰਤੀ ਤੇ ਰਹਿਣਾ ਨੀ ਮਨੁੱਖ, ਕਿਉਂਕਿ ਮੈਂ ਸਮਝਦਾ ਵੀ ਰੁੱਖਾਂ ਦਾ ਹੋਣਾ ਸਾਡੇ ਲਈ ਬਹੁਤ ਜ਼ਰੂਰੀ ਆ, ਸਾਨੂੰ ਹਰੇਕ ਨੂੰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ, ਜਨਮ ਦਿਨ ਨੂੰ ਮਨਾਉਂਦੇ ਹੋਏ, ਚਾਹੇ ਮੈਰਿਜ ਵਰਸਰੀ ਨੂੰ ਮਨਾਉਂਦੇ ਹੋਏ, ਗਿਫਟਾਂ ਦੀ ਥਾਂ ਤੇ ਬੂਟਾ ਲਾ ਕੇ ਉਹਦਾ ਪਾਲਣ ਪੋਸ਼ਣ ਵੀ ਜ਼ਰੂਰੀ ਕਰ ਦਈਏ, ਇਹ ਸਾਡਾ ਪੂਰਾ ਜੀਵਨ ਸਫਲਾ ਹੋ ਜਾਂਦਾ। ਇੱਕ ਮੈਂ ਹੋਰ ਸੁਨੇਹਾ ਦੇਣਾ ਚਾਹੁੰਦਾ ਇਹਦੇ ਨਾਲ ਹੀ, ਮਾਂ ਵਰਗਾ ਘਨਸ਼ਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਵੇ, ਜਿਸ ਤੋਂ ਲੈ ਕੇ ਛਾਂ ਆਧਾਰੀ ਰੱਬ ਨੇ ਤਾਂ ਰੰਗ ਬਣਾਏ, ਮਾਵਾਂ ਦੀ ਕਦਰ ਕਰੋ, ਆਪਣੇ ਮਾਪਿਆਂ ਦੀ ਕਦਰ ਕਰੋ, ਕਿਉਂਕਿ ਉਹ ਜਦੋਂ ਇਸ ਜਹਾਨ ਤੋਂ ਚਲੇ ਜਾਂਦੇ ਆ ਫਿਰ ਸਾਡੇ ਸਾਨੂੰ ਪਤਾ ਲੱਗਦਾ ਵੀ ਅਸੀਂ ਸਭ ਕੁਛ ਹੀ ਗਵਾ ਲੈਂਦੇ ਹਾਂ, ਜੋ ਸਾਰਾ ਕੁਛ ਉਹਨਾਂ ਨੇ ਜ਼ਿੰਦਗੀ ਦਾ ਤਜਰਬਾ ਹੰਡਾਇਆ ਹੁੰਦਾ ਸੀ ਉਹ ਤੋਂ ਕੋਈ ਸਿਹਤ ਨਹੀਂ ਲੈਂਦੇ, ਫਿਰ ਅਸੀਂ ਪਛਤਾਉਂਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ। ਬਹੁਤ ਮਿਹਰਬਾਨੀ। ਮੈਂ ਵੈਸੇ ਨਾ ਇਕਬਾਲ ਸਿੰਘ ਹਟੂਰ ਹੋਰਾਂ ਦਾ ਬਹੁਤ ਫੈਨ ਹਾਂ, ਵੀ ਇਹ ਜਦੋਂ ਵੀ ਫੋਨ ਕਰਦੇ ਨੇ ਬੜੀ ਤਿਆਰੀ ਨਾਲ ਕਰਦੇ ਨੇ, ਮੈਨੂੰ ਤਾਂ ਲੱਗਦਾ ਵੀ ਇਹਨਾਂ ਨੇ, ਵੈਸੇ ਮੈਨੂੰ ਪਤਾ ਵੀ ਇਹਨਾਂ ਦਾ ਜਿਹੜਾ ਕਾਰੋਬਾਰ ਆ ਉਹ ਮਤਲਬ ਲੋਕਾਂ ਨੂੰ ਸੋਹਣੇ ਬਣਾਉਣ ਦਾ, ਯਾਨੀ ਕਿ ਨਵੇਂ ਨਵੇਂ ਕੱਪੜੇ ਉਹਨਾਂ ਨੂੰ ਸਿਉਂ ਕੇ ਦਿੰਦੇ ਨੇ, ਅਤੇ ਮੈਨੂੰ ਲੱਗਦਾ ਇਹਨਾਂ ਇੱਕ ਬਕਾਇਦਾ ਇੱਕ ਪੈਸਿਆਂ ਵਾਲਾ ਗੱਲਾ ਹੋਊਗਾ ਅਤੇ ਇੱਕ ਨਾਲ ਇਹ ਸ਼ੇਰੋ ਸ਼ਾਇਰੀ ਵਾਲਾ ਗੱਲਾ ਜ਼ਰੂਰ ਹੋਊਗਾ। ਬਿਲਕੁਲ, ਐਂ ਕਹਿੰਦੇ ਹੋਣ ਵੀ ਵਨ ਮਾਂ ਉਤਸਵ ਵਾਲੀ ਮਤਲਬ ਸ਼ਾਇਰੀ ਕੱਢੀਏ ਅਤੇ ਉਹ ਪੜਾਂਗੇ, ਉਹ ਪੜਾਂਗੇ ਹੈ ਨਾ। ਪਰ ਇੱਕ ਹੈ ਗੁਰਪ੍ਰੀਤ, ਇਹਨਾਂ ਨੇ ਬਹੁਤ ਵਧੀਆ ਗੱਲਾਂ ਵੀ ਕਹੀਆਂ। ਦੇਖੋ ਇੱਕ ਰੁੱਖ ਹੁੰਦਾ ਹੈ ਅਤੇ 100 ਸੁੱਖ ਹੁੰਦੇ ਆ, ਅਤੇ ਰੁੱਖ ਤੋਂ ਬਿਨਾਂ ਵਾਕਈ ਸਾਡੀ ਜ਼ਿੰਦਗੀ ਨਹੀਂ ਹੈ ਜੀ, ਅਤੇ ਰੁੱਖ ਸਾਨੂੰ ਕੀ ਦਿੰਦਾ, ਹਰਿਆਲੀ ਸਾਨੂੰ ਕੀ ਦਿੰਦੀ ਹੈ, ਇਹ ਤਾਂ ਬਹੁਤ ਕੁਝ ਦਿੰਦੀ ਹੈ, ਕਿਉਂਕਿ ਵਾਕਈ ਇੱਕ ਰੁੱਖ 100 ਸੁੱਖ ਅਤੇ ਜ਼ਿੰਦਗੀ ਜਿਹੜੀ ਹੈ ਉਹ ਰੁੱਖਾਂ ਦੇ ਨਾਲ ਹੈ, ਉਹਦੇ ਨਾਲ ਇੱਕ ਤਾਂ ਸਾਨੂੰ ਆਕਸੀਜਨ ਮਿਲਦੀ ਹੈ, ਅਸੀਂ ਚੰਗੀ ਔਰ ਖੂਬਸੂਰਤ ਔਰ ਚੰਗੀ ਹਰਿਆਲੀ ਦੇ ਵਿੱਚ ਚੰਗੀ ਸਾਹ ਲੈਂਦੇ ਹਾਂ, ਦੂਸਰੀ ਗੱਲ ਇਹ ਹੈ ਕਿ ਸਿਰਫ ਇਹੀ ਨਹੀਂ, ਜਿਹੜੇ ਵਰਿਕਸ਼ ਨੇ ਉਹ ਸਾਨੂੰ ਬਹੁਤ ਕੁਝ ਦਿੰਦੇ ਨੇ, ਸਾਡੇ ਕੋਲ ਕੁਝ ਮੈਡੀਸੀਨੀਅਲ ਪਲਾਂਟਸ ਹੁੰਦੇ ਆ ਜਿਹਦੇ ਤੋਂ ਸਾਨੂੰ ਦਵਾਈਆਂ ਮਿਲਦੀਆਂ ਨੇ, ਔਰ ਉਹ ਵਾਕਈ ਜਿੱਦਾਂ ਤੁਲਸੀ ਹੈ ਘਰ 'ਚ ਹੀ ਲਾ ਲਓ, ਨਹੀਂ ਹੈ ਨਾ, ਕਈ ਚੀਜ਼ਾਂ, ਕਈ ਐਸੇ ਦਰਖਤ ਨੇ ਔਰ ਪੁਰਾਣੇ ਸਾਧੂ ਸੰਤਾਂ ਨੇ, ਐਵੇਂ ਨਹੀਂ ਆਯੁਰਵੇਦ ਜਿਹੜੀ ਆ ਉਹਦੇ ਬਾਰੇ ਐਡਾ ਕੁਝ ਲਿਖਿਆ। ਬਿਲਕੁਲ ਸਹੀ ਗੱਲ ਹੈ ਜੀ। ਅੱਜ ਦੀ ਰੇਟ ਦੇ ਵਿੱਚ ਤਾਂ ਵੈਸੇ ਜਿਹੜੀ ਇੱਕ ਹੋਰ ਕਹਿ ਲਓ ਕਿ ਵੀ ਪੌਦਾ ਹੈ ਉਹਦੀ ਬੜੀ ਚਰਚਾ ਛਿੜੀ ਹੈ, ਰੀਜ਼ਨ ਬੀਂਗ ਕਿ ਕਿਹਾ ਇਹ ਜਾ ਰਿਹਾ ਕਿ ਆਉਂਦੇ ਚੰਦ ਸਾਲਾਂ 'ਚ ਭਾਰਤ ਦੁਨੀਆ ਦੀ ਡਾਇਬਟੀਜ਼ ਦੀ ਰਾਜਧਾਨੀ ਬਣਨ ਜਾ ਰਿਹਾ, ਯਾਨੀ ਕਿ ਦੁਨੀਆ ਦੇ ਬਹੁਤ ਜ਼ਿਆਦਾ ਪੇਸ਼ੈਂਟਸ ਆਪਣੇ ਜਿਹੜੇ ਇੰਡੀਆ 'ਚ ਪਾਏ ਜਾਣਗੇ, ਅਤੇ ਉਹਦੇ ਲਈ ਜਿਹੜੀ ਸਭ ਤੋਂ ਵੱਡੀ ਗੱਲ ਉਹ ਹੈ ਕਿ ਵੀ ਜਿਹੜੇ ਖੰਡ ਦਾ ਸੇਵਨ ਹੈ ਸਟੀਵੀਆ, ਉਹਦੀ ਜਗ੍ਹਾ ਦੇ ਉੱਪਰ ਸਟੀਵੀਆ ਪਲਾਂਟ ਦੀ ਗੱਲ ਹੈ। ਸੋ ਇਹ ਜਿਹੜੀਆਂ ਚੀਜ਼ਾਂ ਨੇ ਪੁਰਾਣੀਆਂ ਖੋਜਾਂ ਹੋਈਆਂ ਹੋਈਆਂ ਨੇ, ਉਹਨਾਂ ਬੂਟਿਆਂ ਬਾਰੇ ਪਤਾ ਵੀ ਹੈ, ਪਰ ਪਤਾ ਨਹੀਂ ਕਿਉਂ ਅਸੀਂ ਹਰ ਚੀਜ਼ ਜਿਹੜੀ ਹੈ ਉਹ ਮਨੁੱਖ ਦੀ ਬਣਾਈ ਹੋਈ ਜਿਹੜੀ ਚੀਜ਼ ਹੈ ਨਕਲੀ ਉਹਨੂੰ ਵਰਤ ਵਰਤ ਕੇ ਅਤੇ ਆਪਣਾ ਸਰੀਰ ਬਰਬਾਦ ਕਰੀ ਜਾਂਦੇ, ਨੈਚੁਰਲਿਟੀ ਵਾਲੇ ਪਾਸੇ ਆਪਾਂ ਘੱਟ ਜਾਂਦੇ ਹਾਂ। ਇੱਕ ਕਾਲਰ ਨੇ, ਹਾਂ